ਸਭ ਨੂੰ ਵਿਆਹ ਬੜੀ ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪੰਜਾਬੀ ਟੇਸ਼ਨ ਅਤੇ ਮੈਂ ਕਮਲਦੀਪ ਸਿੰਘ। 17 ਜਨਵਰੀ 2020 ਦਿਨ ਸ਼ੁੱਕਰਵਾਰ ਫਿਲਮ ਰਿਲੀਜ਼ ਹੋ ਚੁੱਕੀ ਹੈ ਖਤਰੇ ਦਾ ਘੁੱਗੂ। ਆਪਾਂ ਪਹੁੰਚੇ ਹੋਏ ਵੀ ਆਰ ਪੰਜਾਬ ਮਾਲ ਮੋਹਾਲੀ ਵਿਖੇ, ਜਿੱਥੇ ਇਸ ਫਿਲਮ ਦਾ ਸ਼ੋਅ ਚੱਲ ਰਿਹਾ ਅਤੇ ਸ਼ੋਅ ਫਿਲਮ ਦਾ ਖਤਮ ਹੋਣ ਵਾਲਾ ਹੈ। ਆਪਾਂ ਕਰਨੀ ਆਡੀਅੰਸ ਦੇ ਨਾਲ ਗੱਲਬਾਤ, ਲੈਣੇ ਆ ਪਬਲਿਕ ਰਿਵਿਊਜ਼ ਕਿ ਉਹਨਾਂ ਨੂੰ ਇਹ ਫਿਲਮ ਕਿੱਦਾਂ ਦੀ ਲੱਗੀ। ਜੋਰਡਨ ਸੰਧੂ ਜੀ, ਦਿਲਜੋਤ ਜੀ, ਰਵਿੰਦਰ ਮੰਡ ਅਤੇ ਹੋਰ ਬਹੁਤ ਸਾਰੇ ਕਿਰਦਾਰ ਇਸ ਫਿਲਮ ਦੇ ਵਿੱਚ ਆ। ਲੋਕਾਂ ਨੂੰ ਬਹੁਤ ਉਮੀਦਾਂ ਇਸ ਫਿਲਮ ਤੋਂ। ਆਪਾਂ ਪੁੱਛਦੇ ਹਾਂ ਆਡੀਅੰਸ ਤੋਂ ਅਤੇ ਕਰਦੇ ਉਹਨਾਂ ਦੇ ਨਾਲ ਗੱਲਬਾਤ, ਦੇਖਦੇ ਉਹਨਾਂ ਨੂੰ ਕਿਵੇਂ ਲੱਗੀ ਖਤਰੇ ਦਾ ਘੁੱਗੋ। ਆ ਜਾ ਮੇਰੇ ਨਾਲ, ਕੀ ਹਾਲ ਚਾਲ ਹੈ ਮੰਡ ਵੀਰੇ? ਠੀਕ ਹੈ ਜੀ, ਬੱਲੇ ਬੱਲੇ ਚੜ੍ਹਦੀ ਕਲਾ ਕਿਰਪਾ। ਕੀ ਕਰੀ ਜਾ ਰਹੇ ਹੋ ਤੁਸੀਂ ਫਿਲਮ ਦੇ ਵਿੱਚ? ਫਿਲਮ ਦੇ ਵਿੱਚ ਮੈਂ ਕਰ ਰਿਹਾ ਬਿਜਲੀ ਮਹਿਕਮੇ ਦਾ ਇੱਕ ਮੁਲਾਜ਼ਮ, ਉਹਦਾ ਕਿਰਦਾਰ ਕਰੀ। ਕਹਾਣੀ ਵੀ ਤੁਸੀਂ ਲਿਖੀ ਹੈ, ਇਹ ਕਿੱਥੋਂ ਆਬਜ਼ਰਵੇਸ਼ਨ ਕੀਤੀ ਸੀਗੀ? ਇਹ ਕਹਾਣੀ ਤਾਂ ਕਾਫੀ ਟਾਈਮ ਪਹਿਲਾਂ ਦੀ ਹੈ ਮੇਰੇ ਕੋਲੇ, ਤੇ ਇਹਦੇ ਚ ਕਾਫੀ ਕੁਝ ਸਾਰਿਆਂ ਨੇ ਰਲ ਮਿਲ ਕੇ ਨਾ ਜੋੜਿਆ ਕਾਫੀ ਕੁਝ ਹੈ। ਬਾਕੀ ਹਾਂਜੀ, ਜੇ ਆਪਾਂ ਗੱਲ ਕਰੀਏ ਤੁਹਾਡੇ ਕਰੈਕਟਰ ਦੀ, ਆਲਵੇਜ਼ ਪੰਗੇ ਪਾਉਂਦਾ, ਇਹ ਚ ਪਰ ਤੁਹਾਡੇ ਤੇ ਪੰਗੇ ਪੈ ਰਹੇ, ਉਲਟੀ ਗੇਮ ਕਿਉਂ ਹੋ ਰਹੀ ਹੈ? ਇਹ ਪ੍ਰੇਮ ਸਿੰਘ ਪਾਦੋ ਦਾ ਕਰੈਕਟਰ ਹੈ ਐਕਚੁਅਲੀ, ਉਹ ਖਾਣ ਪੀਣ ਦੇ ਚੱਕਰ 'ਚ ਵੀ ਸਭ ਨੂੰ ਵੀ ਪਰੋਸਦਾ ਹੈ ਨਾ। ਹਾਂ, ਉਹ ਪਰਦਾ ਜਿਹਾ ਰੱਖਣ ਦੇ ਚੱਕਰ ਦੇ ਵਿੱਚ ਫਿਰ ਉਵੇਂ ਜੇ ਖੇਡਿਆ ਕਰੈਕਟਰ। ਹਾਂਜੀ ਹਾਂਜੀ, ਇਹ ਤੁਹਾਨੂੰ ਇਹਨਾਂ ਨਾਲ ਨਾਰਾਜ਼ਗੀ ਹੈ ਕਿ ਇਹਨਾਂ ਤੁਹਾਨੂੰ ਕੁਆਰੇ ਰੱਖਿਆ? ਬਿਲਕੁਲ ਹੈ ਸਰ, ਪੂਰੀ ਨਾਰਾਜ਼ਗੀ ਹੈ। ਹੁਣ ਦੱਸੋ ਵੀ ਇਹਨਾਂ ਨੂੰ ਬੰਨ ਦੀ ਪੜਾਸ ਕੱਢੋ ਤੁਸੀਂ। ਦੇਖੋ ਜੀ, ਮੰਡ ਸਾਹਿਬ ਨੇ ਫਿਲਮ ਦੇ ਵਿੱਚ ਪੜਾਸ ਪੂਰੀ ਕੱਢੀ ਹੈ ਅਤੇ ਸਾਡੀ ਵੀ ਪੂਰੀ ਕਢਾਈ ਹੈ, ਇਸ ਕਰਕੇ ਜੀਜਾ ਇੰਨਾ ਅਮੀਰ ਦਿੱਤਾ ਵੀ ਇਹ ਰਿਸ਼ਤਾ ਤਾਂ ਵੈਸੇ ਵੀ ਕਰਾ ਸਕਦੇ ਆ ਪੈਸੇ ਦੇ ਜ਼ੋਰ 'ਤੇ। ਜੀਜਾ ਤਾਂ ਮੈਨੂੰ ਲੱਗਦਾ ਆਪਣਾ ਕਰਾਉਣ ਨੂੰ ਫਿਰ ਬੀਬਾ ਆਪਣਾ ਬੀਬਾ ਕਈ ਦੇਖੀਆਂ ਨੇ ਇਹਨਾਂ ਨੇ, ਰਿਸ਼ਤੇ ਕਾਫੀ ਆਏ ਹੈ। ਬਟ ਉਹ ਕਨਫਿਊਜ਼ਨ ਇਹ ਹੈ ਵੀ ਦੀਦੀ ਜਿਹੜਾ ਨੂੰ ਲਾਈਕ ਕਰਦੇ ਉਹਨਾਂ ਨੂੰ ਜੀਜਾ ਨਹੀਂ ਲਾਇਕ ਕਰਦੇ, ਜਿਹਨਾਂ ਨੂੰ ਜੀਜਾ ਜੀ ਲਾਇਕ ਕਰਦੇ ਇਹਨਾਂ ਦੀ ਦੀਦੀ ਨੂੰ ਲਾਇਕ ਕਰਦੇ, ਇਹ ਸਾਰਿਆਂ ਨੂੰ ਕਰਦੇ ਆ। ਅਤੇ ਟੰਡਨ ਸਾਹਿਬ, ਸਾਨੂੰ ਇਹ ਦੱਸਿਓ ਕਿ ਸਾਨੂੰ ਵੀ 3100 ਰੁਪਇਆ ਦੇਣਾ ਪਊਗਾ ਕਿ ਇੱਦਾਂ ਦਰਸ਼ਨ ਹੋ ਜਾਣਗੇ? ਨਹੀਂ, ਪ੍ਰੈਸ ਵਾਲੇ ਮੇਰੇ ਖਾਸ ਦੋਸਤ ਆ, ਹਮੇਸ਼ਾ ਫ੍ਰੀ ਪ੍ਰੈਸ ਵਾਲਿਆਂ ਨੂੰ ਕੋਈ ਨਹੀਂ। ਇਹ ਕਿਵੇਂ ਦਾ ਲੱਗ ਰਿਹਾ ਕਰੈਕਟਰ ਜੋਤਸ਼ੀ ਦਾ, ਤੁਸੀਂ ਭਵਿਸ਼ ਸਹੀ ਦੱਸ ਦਿੱਤਾ ਜੀ? ਭਾਅ ਜੀ, ਮੈਂ ਨਾ ਫਿਲਮਾਂ 'ਚ ਕੰਮ ਕਰਦਾ ਅਤੇ ਉੱਥੇ ਫਿਲਮ ਵਾਲੇ ਬੰਦੇ ਜੋਤਸ਼ੀਆਂ 'ਤੇ ਬਹੁਤ ਯਕੀਨ ਕਰਦੇ ਆ ਅਤੇ ਮੇਰੀ ਲਾਈਫ 'ਚ ਬੜੇ ਵੱਡੇ ਵੱਡੇ ਜੋਤਸ਼ੀ ਆਏ, ਇਸ ਕਰਕੇ ਮੈਨੂੰ ਉਹ ਕਰੈਕਟਰ ਚੰਗਾ ਲੱਗਿਆ ਔਰ ਮੈਂ ਠੀਕ ਕੀਤਾ ਜੀ। ਤੁਹਾਡੀ ਜ਼ਿੰਦਗੀ ਜੋਤਸ਼ੀ ਆਏ ਉਹਨੇ ਸਹੀ ਦੱਸਿਆ? ਸਾਰੇ ਝੂਠੇ ਆ, ਸਾਰੇ ਝੂਠੇ ਨਿਕਲੇ, ਤੁਸੀਂ ਝੂਠਾ ਕਰੈਕਟਰ ਨੂੰ ਮਾਰਿਆ। ਸੱਚਾ ਵਾਹਿਗੁਰੂ ਰੱਬ। ਅਤੇ ਫਾਈਨਲੀ ਲੱਭਦੇ 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 ਸਾਨੂੰ ਸ਼ਿਵਤਾਰ ਭਾਅ ਜੀ ਲੱਭ ਹੀ ਗਏ। ਸਤਿ ਸ਼੍ਰੀ ਅਕਾਲ ਜੀ। ਕਿੱਥੇ ਲੋਕ ਕੇ ਬੈਠੇ ਜੀ? ਸਤਿ ਸ਼੍ਰੀ ਅਕਾਲ। ਟੈਕਨੀਕਲ ਜਿਹੜੇ ਡਾਇਰੈਕਟਰ ਹੁੰਦੇ ਉਹ ਤਾਂ ਕੈਮਰੇ ਦੇ ਪਿੱਛੇ ਹੀ ਠੀਕ ਲੱਗਦੇ ਨੇ, ਉਹ ਪਿੱਛੇ ਹੀ ਆਪਾਂ ਸੀਗੇ ਜੀ। ਘੁੱਗੂ, ਫਾਈਨਲੀ ਇੰਨੀ ਮਿਹਨਤ ਕੀਤੀ ਸੀ, ਤੁਹਾਡੇ ਸੈੱਟ 'ਤੇ ਵੀ ਆਏ ਸੀਗੇ ਅਤੇ ਅੱਜ ਵੱਡੇ ਪਰਦੇ 'ਤੇ ਰਿਲੀਜ਼ ਹੋ ਚੁੱਕੀ, ਕਿਹੋ ਜਿਹਾ ਲੱਗ ਰਿਹਾ ਆਪਣੀ ਫਿਲਮ ਦੇਖ? ਦੇਖੋ, ਡਾਇਰੈਕਟਰ ਨੂੰ ਤਾਂ ਹਮੇਸ਼ਾ ਹੀ ਲੱਗਦਾ ਰਹਿੰਦਾ ਕਿ ਕੁਛ ਕਮੀਆਂ ਨੇ, ਇਹਨਾਂ ਨੂੰ ਹੋਰ ਇੰਪਰੂਵ ਕੀਤਾ ਜਾਵੇ, ਅਤੇ ਅਸੀਂ ਬਸ ਕੋਸ਼ਿਸ਼ ਕਰਦੇ ਹਾਂ ਕਿ ਹਰ ਕੁਛ ਨਾ ਕੁਛ ਰਹਿ ਜਾਂਦਾ ਕਿ ਹੋਰ ਬੈਸਟ ਹੋਵੇ, ਕਿਉਂਕਿ ਮੇਰਾ ਤਾਂ ਇਹ ਹੈ ਕਿ ਮੈਂ ਐਜ਼ ਏ ਕੈਮਰਾਮੈਨ ਆਪਣੀਆਂ ਗਲਤੀਆਂ ਦੇਖਦਾ, ਐਜ਼ ਏ ਡਾਇਰੈਕਟਰ ਮੇਰਾ ਇਹ ਫਸਟ ਟਾਈਪ ਕੰਮ ਹੈਗਾ, ਤਾਂ ਮੈਂ ਕੋਸ਼ਿਸ਼ ਕਰਨਾ ਚਾਹੁੰਦਾ ਕਿ ਮੈਂ ਹੋਰ ਵਧੀਆ ਕੰਮ ਕਰਾਂ, ਕਿਉਂਕਿ ਹਰ ਵਾਰੀ ਗਲਤੀਆਂ ਤਾਂ ਹੋ ਹੀ ਜਾਂਦੀਆਂ ਨੇ, ਅਤੇ ਫਸਟ ਦੇ ਹਿਸਾਬ ਨਾਲ ਜੇ ਕੋਈ ਗਲਤੀਆਂ ਨਾ ਤਾਂ ਸਮਝ ਲਓ ਕਿ ਇਹਨੂੰ ਮਾਫ਼ ਕੀਤਾ ਜਾਵੇ। ਦਿਲ 'ਚ ਕੀ ਚੱਲ ਰਿਹਾ? ਦਿਲ 'ਚ ਤਾਂ ਇਹ ਲੱਗ ਰਿਹਾ ਕਿ 1-1.5 ਸਾਲ ਤੋਂ ਅਸੀਂ ਲੱਗੇ ਹੋਏ ਸੀ, ਜਿਹੜੀ ਮਿਹਨਤ ਕਰ ਰਹੇ ਸੀਗੇ ਉਹ ਹੁਣ ਲੋਕਾਂ ਦੇ ਸਾਹਮਣੇ ਹੈ, ਅਤੇ ਉਹ ਜੋ ਕਹਿਣਗੇ ਉਹ ਸਾਨੂੰ ਉਹ ਕਰਨਾ ਪਏਗਾ, ਕਬੂਲ ਕਰਨਾ ਪਏਗਾ ਜੀ, ਅਤੇ ਅਸੀਂ ਜੋ ਕੁਛ ਚੀਜ਼ ਹੋਏਗੀ ਉਹਨੂੰ ਅਸੀਂ ਹੋਰ ਨੈਕਸਟ ਦੇ ਵਿੱਚ ਬੈਟਰ ਕਰਨ ਦੀ ਕੋਸ਼ਿਸ਼ ਕਰਾਂਗੇ। ਅਤੇ ਦਿਲਜੋਤ ਮੈਮ, ਇੱਕ ਰਿਕੁਐਸਟ ਆ, ਪਹਿਲਾਂ ਮੈਨੂੰ ਦੱਸੋ ਵੀ ਆਪਾਂ ਨੂੰ 250 ਗਜ਼ ਕੋਠੀ ਚਾਹੀਦੀ ਕਿੱਥੇ ਮਿਲੂਗੀ? ਆਈ ਥਿੰਕ ਉਹ ਫਿਲਮ 'ਚ ਤੁਸੀਂ ਇਹਦੇ ਆਡੀਅੰਸ ਲਈ ਸਸਪੈਂਸ ਰੱਖੋ, ਬਾਕੀ ਤੁਸੀਂ ਦੱਸੋ ਕਿੱਥੇ ਲੈਣੀ ਹੈ, ਮੋਹਾਲੀ, ਚੰਡੀਗੜ੍ਹ, ਕਿੱਥੇ? ਸਨੀ ਇਨਕਲੇਵ ਦੇਖ ਲਓ ਜੀ। ਸਨੀ ਇਨਕਲੇਵ, ਠੀਕ ਹੈ, ਚਲੋ ਠੀਕ ਹੈ। ਕਿਵੇਂ ਦਾ ਲੱਗਾ ਇਹ ਕਰੈਕਟਰ ਕਰਕੇ? ਬਹੁਤ ਵਧੀਆ ਲੱਗਿਆ, ਇੱਕ ਬਹੁਤ ਹੀ ਡਿਫਰੈਂਟ ਅਤੇ ਬਹੁਤ ਹੀ ਯੂਨੀਕ ਜਿਹਾ ਕੈਰੈਕਟਰ ਸੀਗਾ, ਅਤੇ ਪ੍ਰੋਪਰਟੀ ਕੰਸਲਟੈਂਸੀ 'ਚ ਕੁੜੀ ਕੰਮ ਕਰਦੀ ਹੈ ਐਂਡ ਅਲੱਗ ਅਲੱਗ ਡਿਲੇਮਾਸ ਦੇ ਥਰੂ ਜਾਂਦੀ ਆ। ਉਹਦੇ ਫਾਦਰ ਜਿਹੜੇ BN ਸ਼ਰਮਾ ਜੀ ਨੇ ਰੋਲ ਪਲੇ ਕੀਤਾ ਹੈ, ਅਤੇ ਉਹ ਸੁਪਰਸਟੀਸ਼ਨਸ, ਵਹਿਮਾਂ ਭਰਮਾਂ 'ਚ ਤੁਸੀਂ ਦੇਖਿਆ ਹੀ ਹੈ ਬਿਲੀਵ ਕਰਦੇ ਨੇ, ਅਤੇ ਉਹਨਾਂ ਨੂੰ ਉਸ ਚੀਜ਼ 'ਚੋਂ ਬਾਹਰ ਕੱਢਣਾ ਐਜ਼ ਅ ਡਾਟਰ ਬਹੁਤ ਵੱਡਾ ਡਿਲੇਮਾ ਸੀਗਾ। ਬਾਕੀ ਜੋਰਡਨ ਦੇ ਨਾਲ ਮੀਤ ਅਤੇ ਫਤਿਹ ਦੀ ਕੈਮਿਸਟਰੀ ਬਹੁਤ ਸੋਹਣੀ ਆਈ ਹੈ, ਸੋ ਬਹੁਤ ਖੁਸ਼ੀ ਹੈ ਐਂਡ ਰਿਸਪੋਂਸ ਬਹੁਤ ਸੋਹਣਾ ਆ ਰਿਹਾ। ਵੈਰੀ ਗੁੱਡ। ਕਿੰਨੇ ਸਟਾਰ ਆਊਟ ਆਫ 5? ਗੁੱਡ ਆ, ਗੁੱਡ ਆ, ਗੁੱਡ। ਭਾਜੀ ਕਿਵੇਂ ਲੱਗੀ? ਨਾਈਸ, ਸੋ ਨਾਈਸ। ਸਰ ਕਿਵੇਂ ਲੱਗੀ? ਬਹੁਤ ਵਧੀਆ, ਬਹੁਤ ਵਧੀਆ। ਕਿਵੇਂ ਲੱਗੀ ਫਿਲਮ ਭਾਜੀ? ਵਧੀਆ, ਠੀਕ ਹੈ। ਸਵੀਟੀ ਦਾ ਕਰੈਕਟਰ ਵਧੀਆ ਸੀ। ਅੱਛਾ ਅੱਛਾ, ਕਿਵੇਂ ਲੱਗੀ ਫਿਲਮ ਭਾਈ? ਬਹੁਤ ਸੋਹਣੀ, ਬਹੁਤ ਵਧੀਆ, ਬਹੁਤ ਵੈਰੀ ਨਾਈਸ, ਬਹੁਤ ਵਧੀਆ, ਬਹੁਤ ਵਧੀਆ ਜੀ। ਨਾਈਸ ਵਿਦ ਗੁੱਡ ਮੈਸੇਜ, ਕੈਂਟ ਸੀ ਭਾਈ, ਬਹੁਤ ਕੈਂਟ, ਬਹੁਤ ਵਧੀਆ, ਬਹੁਤ ਵਧੀਆ। ਥੈਂਕ ਯੂ ਤੁਹਾਡਾ ਸਪੈਸ਼ਲ ਤੌਰ ਤੇ, ਤੁਸੀਂ ਐਡਾ ਵਧੀਆ ਮਾਣ ਬਖਸ਼ ਰਹੇ ਹੋ, ਥੈਂਕ ਯੂ, ਸਪੋਰਟ ਕਰੋ। ਬਹੁਤ ਵਧੀਆ ਮੂਵੀ ਹੈ ਜੀ, ਬਹੁਤ ਅੱਛੀ। ਓਕੇ।
ਸਿਰਾ ਮੂਵੀ ਹੈ ਜੀ। ਤੁਹਾਨੂੰ ਕਿਵੇਂ ਲੱਗੀ ਜੀ? ਬਹੁਤ ਵਧੀਆ ਜੀ। ਫਿਲਮ ਦੀ ਸਟੋਰੀ ਕਿਵੇਂ ਲੱਗੀ ਭਾਜੀ? ਵਧੀਆ ਭਾਜੀ ਵਧੀਆ ਘੈਂਟ। ਤੇ ਪਬਲਿਕ ਰਿਵਿਊ ਤੁਸੀਂ ਸੁਣ ਲਿਆ ਖਤਰੇ ਦੇ ਘੁੱਗੂ ਮੂਵੀ ਦਾ, ਲੋਕਾਂ ਦੀਆਂ ਅੱਖਾਂ ਵਿੱਚ ਕਾਫੀ ਖੁਸ਼ੀ ਸੀ ਕਿ ਉਹ ਫਿਲਮ ਨੂੰ ਦੇਖ ਕੇ ਨਿਕਲੇ ਅਤੇ ਫੁੱਲੀ ਪੈਸਾ ਵਸੂਲ ਫਿਲਮਾਂ ਲੋਕਾਂ ਨੇ ਜਿਵੇਂ ਦੱਸਿਆ ਤੁਸੀਂ ਸੁਣ ਲਿਆ ਕਿ ਉਹਨਾਂ ਨੂੰ ਸਵੀਟੀ ਦਾ ਕਰੈਕਟਰ ਸਭ ਤੋਂ ਵਧੀਆ ਲੱਗਾ ਜਿਹੜਾ ਕਿ ਨੀਟੂ ਪੰਧੇਰ ਭਾਅ ਜੀ ਨੇ ਨਿਭਾਇਆ। ਬਹੁਤ ਸੋਹਣਾ ਕੰਮ ਸੀਗਾ, ਫਿਲਮ ਦਾ ਮਿਊਜ਼ਿਕ ਕਾਫੀ ਅੱਛਾ ਸੀਗਾ। ਜੇ ਮੈਂ ਗੱਲ ਕਰਾਂ ਟਾਈਟਲ ਟਰੈਕ ਦੀ ਘੁੱਗੂ ਖਤਰੇ ਦਾ ਸਿਖਰ ਦੁਪਹਿਰੇ ਬੋਲੇ, ਉਹਨੇ ਬਹੁਤ ਰੰਗ ਬੰਨਿਆ ਫਿਲਮ ਦੇ ਵਿੱਚ। ਜੋਰਡਨ ਸੰਧੂ ਭਾਅ ਜੀ ਐਜ ਯੂਜੁਅਲ ਹੈਂਡਸਮ ਗਾਏ, ਬਹੁਤ ਜੱਚ ਰਹੇ ਸੀਗੇ ਫਿਲਮ ਦੇ ਵਿੱਚ। ਅਤੇ ਬਾਕੀ ਪਬਲਿਕ ਨੇ ਕੀ ਕਿਹਾ ਇਸ ਫਿਲਮ ਨੂੰ ਬਾਰੇ ਤੁਸੀਂ ਸੁਣ ਹੀ ਲਿਆ ਆ, ਤੁਸੀਂ ਇਸ ਫਿਲਮ ਨੂੰ ਜ਼ਰੂਰ ਦੇਖੋ ਅਤੇ ਨਾਲ ਦੇਖਦੇ ਰਹੋ ਪੰਜਾਬੀ ਟੇਸ਼ਨ। ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।